ਸਤਿ ਸ਼੍ਰੀ ਅਕਾਲ ਐਫ ਐਮ ਆਈ ਨਿਊਜ਼ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਅਸੀਂ ਯੂਕੇ 'ਚ ਸੰਗਰ ਟੀਵੀ ਦੇਖ ਰਹੇ ਦਰਸ਼ਕਾਂ ਦਾ ਵੀ ਸਵਾਗਤ ਕਰਦੇ ਹਾਂ। ਮੈਂ ਹਾਂ ਕਾਸਿਫ ਫਾਰੂਕੀ ਔਰ ਬੁਲੇਟਿਨ ਵਿੱਚ ਸਭ ਤੋਂ ਪਹਿਲਾਂ ਹੈਡਲਾਈਨਸ। ਫਿਲਮ ਉੜਤਾ ਪੰਜਾਬ ਰਿਲੀਜ਼ ਤੋਂ ਪਹਿਲਾਂ ਹੀ ਇੰਟਰਨੈਟ 'ਤੇ ਹੋਈ ਲੀਕ। ਫਿਲਮ ਬਣਾਉਣ ਵਾਲੀ ਕੰਪਨੀ ਨੂੰ ਵੱਡੇ ਘਾਟੇ ਦਾ ਖਦਸ਼ਾ। ਕੰਪਨੀ ਇੰਟਰਨੈਟ ਤੋਂ ਡਾਊਨਲੋਡ ਲਿੰਕ ਹਟਾਉਣ 'ਚ ਲੱਗੀ। ਸੂਬੇ ਦੀ ਕਾਨੂੰਨ ਵਿਵਸਥਾ 'ਤੇ ਗੱਲਬਾਤ ਕਰਨ ਲਈ ਦਿੱਲੀ ਪੁੱਜੇ ਕੈਪਟਨ ਅਮਰਿੰਦਰ ਸਿੰਘ ਨੂੰ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਨਹੀਂ ਦਿੱਤਾ ਸਮਾਂ। ਕੈਪਟਨ ਬੇਰੰਗ ਪਰਤੇ। ਮੋਗਾ ਦੇ ਪਿੰਡ ਧਲਕੇ 'ਚ ਤੂਫਾਨ ਕਰਕੇ ਡਿੱਗੇ ਸ਼ੈੱਡ ਕਾਰਨ 3 ਔਰਤਾਂ ਦੀ ਗਈ ਜਾਨ। 6 ਲੋਕ ਹੋਏ ਜ਼ਖਮੀ। ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ 4-4 ਲੱਖ ਰੁਪਏ ਦੀ ਮਾਲੀ ਸਹਾਇਤਾ ਦਾ ਐਲਾਨ। ਪੰਜਾਬ 'ਚ ਝੋਨੇ ਦੀ ਲਵਾਈ ਸ਼ੁਰੂ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਸਾਨਾਂ ਨੂੰ ਦਿੱਤੀਆਂ ਸ਼ੁਭਕਾਮਨਾਵਾਂ। ਬਠਿੰਡਾ 'ਚ ਲੇਬਰ ਨਾ ਮਿਲਣ ਕਰਕੇ ਕਿਸਾਨ ਪਰੇਸ਼ਾਨ। ਜੰਮੂ 'ਚ ਮਾਨਸਿਕ ਰੋਗੀ ਵੱਲੋਂ ਮੰਦਿਰ ਨੂੰ ਅਪਵਿੱਤਰ ਕੀਤੇ ਜਾਣ ਦੀ ਘਟਨਾ ਤੋਂ ਬਾਅਦ ਤਣਾਅ। ਸ਼ਹਿਰ 'ਚ ਮੋਬਾਈਲ ਅਤੇ ਇੰਟਰਨੈਟ ਸੇਵਾਵਾਂ ਬੰਦ। ਮੁਲਜ਼ਮ ਨੂੰ ਕੀਤਾ ਗਿਆ ਗ੍ਰਿਫਤਾਰ। ਕੇਂਦਰ ਸਰਕਾਰ ਨੇ ਨਵੀਂ ਹਵਾਬਾਜ਼ੀ ਨੀਤੀ ਨੂੰ ਦਿੱਤੀ ਹਰੀ ਝੰਡੀ। 1 ਘੰਟੇ ਦੇ ਹਵਾਈ ਸਫ਼ਰ ਲਈ ਦੇਣਾ ਪਏਗਾ 2500 ਰੁਪਏ। ਹਵਾਈ ਕੰਪਨੀਆਂ ਦੀਆਂ ਮਨਮਰਜ਼ੀਆਂ 'ਤੇ ਲੱਗੇਗੀ ਪਾਬੰਦੀ। ਫਿਲਮ ਉੜਤਾ ਪੰਜਾਬ ਇੰਟਰਨੈਟ 'ਤੇ ਲੀਕ ਹੋ ਗਈ ਹੈ, ਜਿਸ ਤੋਂ ਬਾਅਦ ਫਿਲਮ ਨਿਰਮਾਤਾਵਾਂ ਨੂੰ ਡਰ ਹੈ ਕਿ ਉਹਨਾਂ ਦੀ ਕਮਾਈ 'ਚ ਵੱਡੀ ਸੇਧ ਲੱਗ ਸਕਦੀ ਹੈ, ਜਿਸ ਨੂੰ ਲੈ ਕੇ ਕੰਪਨੀ ਇੰਟਰਨੈਟ ਤੋਂ ਫਿਲਮ ਦੇ ਡਾਊਨਲੋਡ ਅਤੇ ਫਿਲਮ ਦੇ ਲਿੰਕ ਡਿਲੀਟ ਕਰਨ 'ਚ ਲੱਗੀ ਹੋਈ ਹੈ। ਫਿਲਮ 'ਤੇ ਫੋਰ ਸੈਂਸਰ ਲਿਖਿਆ ਹੋਇਆ, ਜਿਸ ਤੋਂ ਬਾਅਦ ਸ਼ੱਕ ਦੀ ਸੂਈ ਕਥਿਤ ਤੌਰ 'ਤੇ ਸੈਂਸਰ ਬੋਰਡ ਵੱਲ ਜਾ ਰਹੀ ਹੈ। ਲੀਕ ਹੋਈ ਵੀਡੀਓ 2 ਘੰਟੇ 28 ਮਿੰਟਾਂ ਦੀ ਹੈ। ਦੱਸ ਦਈਏ ਕਿ ਉੜਤਾ ਪੰਜਾਬ 'ਤੇ ਸੈਂਸਰ ਬੋਰਡ ਨੇ 99 ਕੱਟ ਲਗਾਉਣ ਦੀ ਸਿਫਾਰਿਸ਼ ਕੀਤੀ ਸੀ, ਜੋ ਕਿ ਬਾਅਦ 'ਚ 13 ਕੱਟਾਂ 'ਤੇ ਸੀਮਿਤ ਹੋ ਗਈ। ਫਿਲਮ 'ਚ ਪੰਜਾਬ 'ਚ ਫੈਲ ਰਹੇ ਨਸ਼ਿਆਂ ਦਾ ਮੁੱਦਾ ਚੁੱਕਿਆ ਗਿਆ ਅਤੇ ਇਸ 'ਤੇ ਲੰਘੇ ਦਿਨਾਂ ਤੋਂ ਲੈ ਕੇ ਅੱਜ ਤੱਕ ਪੰਜਾਬ ਦੀ ਸਿਆਸਤ ਕਾਫੀ ਗਰਮਾਈ ਹੋਈ ਹੈ। ਉੜਤਾ ਪੰਜਾਬ 'ਚ ਸ਼ਾਹਿਦ ਕਪੂਰ, ਆਲੀਆ ਭੱਟ, ਕਰੀਨਾ ਕਪੂਰ ਖਾਨ ਅਤੇ ਦਲਜੀਤ ਦੋਸਾਂਝ ਮੁੱਖ ਭੂਮਿਕਾਵਾਂ 'ਚ ਨੇ। ਅਤੇ ਲੁਧਿਆਣਾ 'ਚ ਸ਼ਿਵ ਸੈਨਾ ਪੰਜਾਬ ਨੇ ਉੜਤਾ ਪੰਜਾਬ ਨੂੰ ਲੈ ਕੇ ਰੋਸ ਮੁਜ਼ਾਹਰਾ ਕੀਤਾ ਅਤੇ ਕਿਹਾ ਹੈ ਕਿ ਇਹ ਫਿਲਮ ਪੰਜਾਬ ਦਾ ਅਕਸ ਜਿਹੜਾ ਉਹ ਖਰਾਬ ਕਰੇਗੀ, ਇਸ ਲਈ ਇਸ ਨੂੰ ਨਾ ਰਿਲੀਜ਼ ਕੀਤਾ ਜਾਵੇ। ਇਸ ਦੇ ਨਾਲ ਹੀ ਸ਼ਿਵ ਸੈਨਾ ਦੇ ਆਗੂਆਂ ਦਾ ਕਹਿਣਾ ਹੈ ਕਿ ਇਹ ਫਿਲਮ ਨਸ਼ਿਆਂ ਨੂੰ ਰੋਕਥਾਮ ਦੀ ਥਾਂ 'ਤੇ ਹੋਰ ਜ਼ਿਆਦਾ ਵਧਾਵਾ ਦੇਵੇਗੀ। ਪੰਜਾਬੀ ਫਿਲਮ ਉੜਤਾ ਪੰਜਾਬ ਜੋ ਲੱਗ ਰਹੀ ਹੈ, ਉਸਨੇ ਨਸ਼ੇ ਦੇ ਖਿਲਾਫ ਹਮਨੇ ਪ੍ਰਦਰਸ਼ਨ ਕੀਆ ਹੈ। ਉਸਮੇ ਬਹੁਤ ਜ਼ਿਆਦਾ ਹੀ ਗਲਤ ਨਸ਼ੇ ਕਾ ਪ੍ਰਯੋਗ ਕੀਆ ਗਿਆ ਹੈ, ਜੋ ਕਿ ਹਮਾਰੇ ਸੁਨਹਿਰੇ ਪੰਜਾਬ ਕੋ ਇਹਨੇ ਡਾਊਨ ਕਰਨੇ ਕੀ ਕੋਸ਼ਿਸ਼ ਕੀ ਹੈ। ਔਰ ਹਰ ਸੀਨ ਉਸਕਾ ਪੰਜਾਬ ਕੇ ਖਿਲਾਫ ਹੈ। ਹਮਾਰਾ ਸੁਨਹਿਰਾ ਪੰਜਾਬ, ਅੱਛਾ ਪੰਜਾਬ, ਉਸਕੋ ਇਹਨੇ ਪੰਜਾਬ ਕੀ ਛਵੀ ਕੋ ਧੂਮਿਲ ਕਰਨੇ ਕੀ ਕੋਸ਼ਿਸ਼ ਕੀ ਹੈ, ਇਸ ਲਈ ਹਮਨੇ ਉਸਕੇ ਖਿਲਾਫ ਪ੍ਰਦਰਸ਼ਨ ਕੀਆ। ਨਸ਼ਾ ਤੋ ਬਹੁਤ ਜ਼ਿਆਦਾ ਹੈ, ਲੇਕਿਨ ਨਸ਼ੇ ਕਾ ਪ੍ਰਚਾਰ ਨਹੀਂ ਹੋਣਾ ਚਾਹੀਏ, ਨਸ਼ਾ ਖਤਮ ਹੋਣਾ ਚਾਹੀਏ। ਨਸ਼ੇ ਕਾ ਪ੍ਰਚਾਰ ਕਰਨੇ ਕੇ ਲਈ ਇਹ ਫਿਲਮ ਬਣਾਈ ਗਈ ਹੈ। ਸਰਕਾਰ ਪੂਰਾ ਆਪਣਾ ਸਟੈਪ ਉਠਾ ਰਹੀ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਤੋਂ ਨਮੋਸ਼ੀ ਹੱਥ ਲੱਗੀ ਹੈ। ਦਰਅਸਲ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ 'ਚ ਵਿਗੜ ਰਹੀ ਕਾਨੂੰਨ ਵਿਵਸਥਾ ਦੇ ਮੁੱਦੇ 'ਤੇ ਬੁੱਧਵਾਰ ਨੂੰ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਮਿਲਣ ਦਾ ਸਮਾਂ ਮੰਗਿਆ ਸੀ, ਪਰੰਤੂ ਸੂਤਰਾਂ ਮੁਤਾਬਕ ਗ੍ਰਹਿ ਮੰਤਰੀ ਨੇ ਕੈਪਟਨ ਨੂੰ ਮਿਲਣ ਲਈ ਸਮਾਂ ਨਹੀਂ ਦਿੱਤਾ, ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਹੁਣ ਕੈਪਟਨ ਅਮਰਿੰਦਰ ਸਿੰਘ ਇਸ ਮੁੱਦੇ ਨੂੰ ਲੈ ਕੇ ਵੀਰਵਾਰ ਨੂੰ ਪ੍ਰੈਸ ਕਾਨਫਰੰਸ ਕਰ ਸਕਦੇ ਨੇ। ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਦੌਰਾਨ HS ਫੂਲਕਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਮਲਨਾਥ ਨੂੰ ਕਲੀਨ ਚਿੱਟ ਦੇਣਾ ਕਾਫੀ ਮਨਭਾਗ ਹੈ। ਫੂਲਕਾ ਮੁਤਾਬਕ ਕਮਲਨਾਥ ਨੇ ਗੁਰਦੁਆਰਾ ਰਕਾਬਗੰਜ ਸਾਹਿਬ 'ਚ ਅੱਗ ਲਗਾ ਕੇ 2 ਸਿੱਖਾਂ ਨੂੰ ਜਿੰਦਾ ਜਲਾਉਣ ਵਾਲੀ ਭੀੜ ਦੀ ਅਗਵਾਈ ਕੀਤੀ ਸੀ। ਅਜਿਹੇ 'ਚ ਕੈਪਟਨ ਵੱਲੋਂ ਕਮਲਨਾਥ ਨੂੰ ਕਲੀਨ ਚਿੱਟ ਦੇਣਾ ਆਪਣੀ CM ਅਹੁਦੇ ਦੀ ਦਾਅਵੇਦਾਰੀ ਨੂੰ ਹੋਰ ਮਜ਼ਬੂਤ ਕਰਨ ਵਾਲੀ ਕਾਰਵਾਈ, HS ਫੂਲਕਾ ਨੇ ਦੱਸਿਆ। ਇਹ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਇੱਕ ਗੱਲ ਜਿਹੜਾ ਯਾਦ ਕਰਾ ਦਿਆਂ, ਕੈਪਟਨ ਸਾਹਿਬ ਇਹਨਾਂ ਨੂੰ ਬੇਕਸੂਰ ਕਰਾਰ ਤੁਸੀਂ ਦਿੰਦੇ ਹੋ ਆਪਣੀਆਂ ਕੁਰਸੀਆਂ ਲੈਣ ਵਾਸਤੇ। ਫੂਲਕਾ ਇਹਨਾਂ ਕਾਤਲਾਂ ਨੂੰ ਸਜ਼ਾ ਦਿਵਾਉਣ ਵਾਸਤੇ ਕੁਰਸੀਆਂ ਛੱਡਦਾ, ਅਤੇ ਜੋ ਤੁਸੀਂ ਕਹਿਣਾ ਕਹਿ ਲਓ, ਸਿੱਖ ਇਹ ਪਤਾ ਸਾਰੀ ਦੁਨੀਆ ਨੂੰ ਪਤਾ, ਨਾ ਕਿ ਇਕੱਲੇ ਸਿੱਖਾਂ ਦੀ ਗੱਲ ਆ। ਅਸੀਂ ਜੇਕਰ ਇਹ ਮੁੱਦਾ ਲੜਿਆ, ਅੱਜ ਇਹ ਮੁੱਦਾ ਚੱਲਦਾ ਸਿੱਖ ਲੀਡਰਸ਼ਿਪ ਕਰਕੇ ਨਹੀਂ ਚੱਲ ਰਿਹਾ, ਇਹ ਉਹ ਹਿਊਮਨ ਰਾਈਟ ਗਰੁੱਪਸ ਕਰਕੇ ਚੱਲ ਰਿਹਾ, ਜਸਟਿਸ ਤਾਰਕੁੰਡੇ, ਜਸਟਿਸ ਸਿੱਕਰੀ ਵਰਗੇ ਲੋਕਾਂ ਕਰਕੇ ਚੱਲ ਰਿਹਾ, ਸਿੱਖ ਲੀਡਰਸ਼ਿਪ ਕਰਕੇ ਨਹੀਂ ਚੱਲ ਰਿਹਾ। ਇਹ ਮੁੱਦਾ ਇਕੱਲਾ ਸਿੱਖਾਂ ਦਾ ਮੁੱਦਾ ਨਹੀਂ ਹੈ, ਇਹ ਹਰ ਅਮਨ ਪਸੰਦ ਨਾਗਰਿਕ ਦਾ ਮੁੱਦਾ ਹੈ, ਹਰ ਇੱਕ ਅਮਨ। ਔਰ ਅਸੀਂ ਇਹਨੂੰ ਹਰ ਅਮਨ ਪਸੰਦ ਨਾਗਰਿਕ ਦਾ ਮੁੱਦਾ ਲੈ ਕੇ ਚੱਲੇ ਹਾਂ। ਸ਼ੁਰੂ ਤੋਂ ਅਸੀਂ ਇਹ ਸਾਬਤ ਕੀਤਾ ਕਿ ਇਹ ਹਿੰਦੂ ਸਿੱਖ ਦੰਗੇ ਨਹੀਂ ਸੀ, ਹਿੰਦੂਆਂ ਨੇ ਤਾਂ ਬਚਾਇਆ। ਮੈਂ ਤੁਹਾਡੇ ਸਾਹਮਣੇ ਬੈਠਾ, ਮੇਰੇ ਪੰਜਾਬੀ ਹਿੰਦੂ ਲੈਂਡ ਲਾਰਡ, ਜੇਕਰ ਮੈਨੂੰ ਆਪਣੀ ਪ੍ਰਸਤੀ ਵਿੱਚ, ਮੈਨੂੰ ਅਤੇ ਮੇਰੇ ਘਰਵਾਲੀ ਨੂੰ ਨਾ ਤਾਲਾ ਲਗਾ ਕੇ ਮਜੂਮ ਤੋਂ ਬਚਦੇ,
तो मेरे घर की तलाशी लैन लई मॉब आया सी, मैं अज तुहाडे अगे ना बैठा हुंदा। मैं खुद अपने अखों देखिया सी, ये साबित कर दिता सी कि हिंदू सिख दंगे नहीं सी, एक कांग्रेस का जो भी सपोर्टर सी इहदे विच सी, उहदे विच मुस्लिम भी इनवॉल्व सी। किन्ने केस मुसलमानों के खिलाफ मैं किए आ, त्रिलोकपुरी के मुस्लिम से जो कांग्रेस के सपोर्टर दे विच इनवॉल्व सी। इस करके ये गलतफहमियां खड़िया करनिया चाहते आ, ये लोगों को गुमराह नहीं कर सकते। पंजाब के मुख्यमंत्री प्रकाश सिंह बादल ने दूसरे दिन मुक्तसर च संगत दर्शन दौरान हलका मलोट च रहे। इस दौरान उन्होंने सुनील जाखड़ वालों बादल परिवार का संबंध तस्करा अते शराब कारोबारियों नाल होने के इल्जाम से सफाई दी। मुख्यमंत्री बादल ने कहा कि उन्होंने परिवार की जां उन्होंने किसी भी तस्कर जां शराब के कारोबारी नाल कोई सांझ नहीं। इन्ना ही नहीं, मुख्यमंत्री ने केंद्र सरकार तो मांग की है कि MSP नूं होर ज़्यादा वधाया जाए, क्योंकि फिलहाल किसानों के खर्चे ज़्यादा बढ़ गए ने। ये तो पुलिस वाले जो ठीक होगा एक्शन करेंगे। नहीं, जाखड़ सवाल उठा रहा है कि अकाली दल के संबंध शराब तस्करों के साथ है। हमारा किसी के साथ संबंध नहीं, हमारा लोगों के साथ संबंध है, इसीलिए तो हम दर्द यहाँ हर गांव में आते हैं। देखो, कभी आपने देखा कि कोई चीफ मिनिस्टर संगत दर्शन करे और गाँव गाँव में जावे? मैं सारे पंजाब में जाना है। कुछ लोग गए तो थे ना कंप्रोमाइज करवाने के लिए? मुझे नहीं पता जी, देखो कहाँ कोई कंप्रोमाइज के लिए, मुझे क्या पता होता है। सतेंद्र मंटा और रोजी प्रगंधी का नाम आ रहा है, पता नहीं, मैं उनका कोई तल्लुक नहीं। तो मैं तो कहना हूँ, कल कोई आखो भी इन्होंने तनखा बताऊँ से इन्होंने कोई नहीं फर्क पैना। ये तो उन्होंने समझना चाहिए भी अच किसान की बहुत बुरी हालत है, वो इस करके कि आमदन वो घट है, खर्च ज्यादा है। जे आमदन वध होगी तो बचत होगी, जे आमदन घट होगी तो नहीं बचत। उधर होशियारपुर पुजे रक्षा मंत्री मनोहर पारेकर ने कहा है कि मुलक दे हितां लई किसी नाल भी किसी किस्म का समझौता नहीं किया जाएगा। इस दे नाल ही NIA नूं जांच लई पाकिस्तान वालों ना बुलाए जाने ते भी बयान दिता। पारेकर ने कहा है कि इस मामले नूं लैके पाकिस्तान काफ़ी असहज महसूस कर रहा है। जो ओवरऑल चीन के बारे में बॉर्डर ट्रांसग्रेशन है, ओवरऑल इसमें काफ़ी गिरावट आई है। आप जो एक इंसिडेंट बोल रहे हैं, वहाँ हर बरस उनका एक वो करते हैं, लेकिन हमने उनको रोका और जो उनको पीछे ढकलने का काम जो है वो हमने कर दिया है, तो उसमें कुछ प्रॉब्लम नहीं। एक दो तीन घंटा थोड़े लोग आए थे, मैं उसमें ज़्यादा नहीं जाना चाहता हूँ। इतना कहूँगा कि ओवरऑल उसमें गिरावट आई है। पाकिस्तान का मामला अलग है, और न्यूक्लियर के बारे में हमारी डॉक्ट्रिन ऐसी है और वो डॉक्ट्रिन ऐसी रहेगी, उसमें मुझे बदल करने की जरूरत नहीं होती। क्योंकि जब ये सवाल मुझे सिंगापुर में किया गया और ने मैं जवाब दे दिया उसके बारे में, उसके बाद में पाकिस्तान के साइड से रिस्पांस आया था कि वो जो कोई खान जिसने बोला था वो हमारा ऑफिशियल स्पोक्समैन नहीं। मोगा च मीह ते तेज हनेरी दे चलदिया छत डिगण करके 3 औरतों की मौत हो गई है, जबकि 3 जख्मी हुई ने। जख्मियों नूं मोगा दे सिविल हस्पताल च दाखिल करवाया गया। मृतकों के परिवार वालों नूं 4-4 लाख रुपए की माली सहायता का ऐलान किया गया। हादसा जिले के पिंड धलके च स्थित एक गऊशाला च वापरिया। असल च पिंड च एक धार्मिक स्थान ते गऊशाला बनी हुई है, जिथे कुछ औरतां गऊआं नूं चारा पा रही सन। इस दौरान अचानक तेज़ मीह ते हनेरी चलन लगी। झखड़े इन्ना तेज़ सी कि गऊशाला की टाइल बत्ते नाल बनी छत हेठां डिगी। हादसे च इसे पिंड दीआं रहण वालियां वीरा भोली ते शिंदर कौर दी मलबे हेठ दबण करके मौत हो गई। इत नरेगा मजदूर लेडी साढ़े पार्क बारे उ लगी हुई थी, जो बारिश आई उत आ गए गुरद्वारा पंजवीर साहब आ गए, उत्थे बरांडा बनया हुआ सी, वह बरांडे दे थले बह गए, उपर दरख्त डह पिया, उसकी छत डह पी, वो थले आए। किन्ने जने आ गए थले? 7-8 जने आ गए, 3 लेडीज की मौत हो गई है। गुरद्वारा पंजपीर साहब तो लेके गऊशाला पंजपीर के जिते आप पट्ठे रखते हैं, पट्ठे कुतर के रखे जाते हैं, उत्थे बीबियां जिहड़ियां सफाई करने वाली इतने बैठिया सीगियां, मीह आउण करके नहीं आउण करके बरांडा जिहड़ा सारे का सारा डिग पिया उन्होंने उपर, वो हादसा वापरिया जी। बहुत ही हैवी हनेरी झखड़ आया, तो उस तो बाद बहुत हैवी बारिश हुई जी कि लगातार 3-3.5 घंटे 4 घंटे तक पैंदी रही। इस पिंड दे विच टल्ले के दे विच इक साडे कोल गऊशाला बनी हुई है, उहदा एक शैड बनिया होया सीगा जिहदे विच जिहदे नीचे पट्ठे वगैरह कुतरे जांदे सीगे गऊआं वास्ते।
जदों बारिश आई है जिहड़े साडे मनरेगा दे वर्कर सीगे ओह मीह तों बचण लई शैड दे नीचे आ गए। जदों हनेरी चक्कड़ आया बहुत एक वड्डा दरख्त सीगा इत्थे ओह इहदे शैड दे उत्ते डिग गया ते शैड टुट गया। ओह शैड दे थल्ले आ के तीन लेडीज़ की मौत हो गई ते पंज बंदे इंजर्ड होए ने जिहदे विच दो बच्चे ने। जलंधर तो बीते दिन अगवा किए गए प्रॉपर्टी डीलर नूं पुलिस ने सही सलामत अगवाकारां दे चुंगल चों छुड़ाउण दा दावा कीता है। नाल ही पुलिस ने चार अगवाकारां नूं भी गिरफ्तार कर लिया है। पुलिस मुताबक अगवाकार अगवा किए गए महेंद्र कुमार दे परिवार तो 1 करोड़ की फैरौती मंग रहे सन पर पुलिस ने जाल विछा के सारे मामले नूं हल कर लिया। ਜਿਹੜੀ ਇਨੀਸ਼ੀਅਲ ਇਨਵੈਸਟੀਗੇਸ਼ਨ ਹੈ ਉਸ ਤੋਂ ਇਹ ਸਾਬਤ ਹੁੰਦੀ ਹੈ ਕਿ ਇਹ ਜਿਹੜੇ ਵਿਅਕਤੀ ਹੈ ਕਿਡਨੈਪਰਸ ਇਹ 3 ਦਿਨ ਪਹਿਲਾਂ ਜਲੰਧਰ ਆ ਗਏ ਸੀ ਔਰ ਇੱਥੇ ਕਿਸੇ ਹੋਟਲ ਦੇ ਵਿੱਚ ਰੁਕੇ ਹੋਏ ਸੀ। ਇਹਨਾਂ ਨੇ ਕਾਰ ਅੰਮ੍ਰਿਤਸਰੋਂ ਲਿਆਂਦੀ ਸੀ ਔਰ ਇੱਥੇ ਉਹਦੇ 'ਤੇ ਜਾਲੀ ਨੰਬਰ ਪਲੇਟ ਲਗਾ ਕੇ ਇਹ ਇੱਥੇ ਰੈਕੀ ਕਰ ਰਹੇ ਸੀ ਉਸ ਇਲਾਕੇ ਦੀ। ਉਹਨਾਂ ਦੇ ਮੂਵਮੈਂਟ ਬਾਰੇ ਕਿ ਕਦੋਂ ਨਿਕਲਦੇ ਆ, ਕਦੋਂ ਜਾਂਦੇ ਆ, ਕਦੋਂ ਇਕੱਲੇ ਹੁੰਦੇ ਆ, ਔਰ 2 ਦਿਨ ਇਹਨਾਂ ਨੇ ਰੈਕੀ ਕੀਤੀ ਔਰ ਅੱਜ ਇਸ ਕ੍ਰਾਈਮ ਨੂੰ ਸਰਅੰਜਾਮ। ਇਹਨਾਂ ਦਾ ਵਿਚਾਰ ਸੀ 1 ਕਰੋੜ ਤੱਕ ਮੰਗਣ ਦਾ ਔਰ ਉਸਦੇ ਬਾਅਦ ਸੀਗਾ ਕਿ ਜੋ ਵੀ ਇਹਦੇ ਬਾਅਦ ਮਿਲ ਜਾਏਗਾ। ਔਰ ਇਹਨਾਂ ਨੇ ਕਦੀ ਰੈਨਸਮ ਕਾਲ ਵੀ ਕੀਤੀ ਔਰ ਉਸਦੇ ਬਾਅਦ ਪੁਲਿਸ ਨੇ ਤਫਤੀਸ਼ ਕਰਕੇ ਇਹਨਾਂ ਨੂੰ ਗ੍ਰਿਫਤਾਰ। ਜਲੰਧਰ 'ਚ ਹੀ 2 ਨਾਈਜੀਰੀਅਨ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਕੋਲੋਂ 4 ਕਿਲੋ ਹੈਰੋਇਨ ਸਮੇਤ 1,35,000 ਰੁਪਏ ਵੀ ਬਰਾਮਦ ਕੀਤੇ ਗਏ ਨੇ। ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਰਾਮਾ ਮੰਡੀ ਖੇਤਰ ਦੀ ਪੰਜਸ਼ੀਲ ਕਲੋਨੀ 'ਚੋਂ ਗ੍ਰਿਫਤਾਰ ਕੀਤਾ। ਪੁਲਿਸ ਨੂੰ ਕੁਝ ਦਿਨ ਪਹਿਲਾਂ ਇਹ ਜਾਣਕਾਰੀ ਮਿਲੀ ਸੀ ਕਿ ਪੰਜਸ਼ੀਲ ਕਲੋਨੀ 'ਚ ਰਹਿਣ ਵਾਲੇ 2 ਵਿਦੇਸ਼ੀ ਮੁੰਡਾ ਕੁੜੀ ਨਸ਼ੇ ਦਾ ਕਾਰੋਬਾਰ ਕਰਦੇ ਨੇ ਅਤੇ ਜਿਸ ਉਪਰੰਤ ਪੁਲਿਸ ਨੇ ਛਾਪੇਮਾਰੀ ਕਰਕੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ। ਖਾਸ ਇਤਲਾਹ 'ਤੇ ਇੱਕ ਪੰਜਸ਼ੀਲ ਇਨਕਲੇਵ ਨਾਮਕ ਕਲੋਨੀ ਦੇ ਵਿੱਚ ਰੇਡ ਕੀਤਾ। ਇਹਨਾਂ ਦੇ ਨਾਲ DSP ਸੈਂਟਰਲ ਮਿਸਟਰ ਦੇਵਦੱਤ ਵੀ ਨਾਲ ਸਨ ਔਰ ਉੱਥੋਂ 2 ਨਾਈਜੀਰੀਅਨਸ ਨੂੰ ਹੈਰੋਇਨ ਦੇ ਨਾਲ ਗ੍ਰਿਫਤਾਰ ਕੀਤਾ। ਇੱਕ ਮੁਲਜ਼ਮ ਦਾ ਨਾਂ ਅਗੂ ਇਮੈਨੁਅਲ, ਉਮਰ 32 ਸਾਲ, ਇਹਦੇ ਕੋਲੋਂ 2 ਕਿਲੋ ਹੈਰੋਇਨ ਔਰ 1,45,000 ਰੁਪਇਆ ਕੈਸ਼ ਫੜਿਆ। ਔਰ ਇਸ ਦੀ ਸਾਥਨ ਉਹ ਓਖੋ ਪ੍ਰੇਸ਼ੀਅਸ ਇਹ ਲੜਕੀ ਹੈ, ਇਹ ਵੀ ਮੂਲ ਨਿਵਾਸੀ ਨਾਈਜੀਰੀਆ ਦੀ ਹੈ ਔਰ ਇਸ ਦੀ ਉਮਰ 20 ਸਾਲ ਹੈ। ਇਹਦੇ ਕੋਲੋਂ 2 ਕੇਜੀ ਹੀਰੋਇਨ ਔਰ 1 ਲੱਖ ਰੁਪਏ ਦੀ ਹਿੰਦੁਸਤਾਨੀ ਕਰੰਸੀ ਇਹਨਾਂ ਕੋਲੋਂ ਬਰਾਮਦ ਕੀਤੀ। ਪੁਲਿਸ ਇਹ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਕਿੱਥੋਂ ਆਈ ਔਰ ਕਿੱਥੇ ਜਾਣੀ ਸੀ। ਇਹਦੇ ਡੈਸਟੀਨੇਸ਼ਨ ਬਾਰੇ ਉਹ ਜਦੋਂ ਪਤਾ ਲੱਗਿਆ ਤੁਹਾਡੇ ਨਾਲ ਸਾਂਝੀ। ਲੁਧਿਆਣਾ ਪੁਲਿਸ ਨੇ ਬੱਚਿਆਂ ਦੀ ਤਸਕਰੀ ਕਰਨ ਵਾਲੀ ਇੱਕ ਗੈਂਗ ਨੂੰ ਗ੍ਰਿਫਤਾਰ ਕੀਤਾ ਹੈ। ਇਹ ਲੋਕ ਗਰੀਬ ਪਰਿਵਾਰ ਦੇ ਨਵਜੰਮੇ ਬੱਚੇ ਖਰੀਦ ਕੇ ਮੋਟੀ ਕੀਮਤ 'ਤੇ ਵੇਚਦੇ ਸਨ। ਪੁਲਿਸ ਨੇ ਇਸ ਗਰੋਹ ਦੇ 1 ਦਲਾਲ ਸਮੇਤ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਦਾਅਵਾ ਹੈ ਕਿ ਇਹ ਲੋਕ ਹੁਣ ਤੱਕ ਕਈ ਬੱਚਿਆਂ ਦੀ ਖਰੀਦੋ ਫਰੋਖਤ ਕਰ ਚੁੱਕੇ ਨੇ। ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਪੁਲਿਸ ਮੁਤਾਬਕ ਅਜੀਤ ਸਿੰਘ, ਸ਼ਰਨਜੀਤ ਕੌਰ ਅਤੇ ਸ਼ਕੁੰਤਲਾ ਰਾਣੀ ਮਾਸੂਮਾ ਦੇ ਦਲਾਲ ਸਨ ਜੋ ਗਰੀਬ ਪਰਿਵਾਰਾਂ ਦੀ ਆਰਥਿਕ ਕਮਜ਼ੋਰੀ ਦਾ ਫਾਇਦਾ ਚੁੱਕਦਿਆਂ ਉਹਨਾਂ ਦੇ ਨਵਜੰਮੇ ਬੱਚਿਆਂ ਨੂੰ ਕੁਝ ਰਕਮ ਬਦਲੇ ਖਰੀਦ ਲੈਂਦੇ ਸਨ। ਇਹ ਲੋਕ ਇਹਨਾਂ ਬੱਚਿਆਂ ਨੂੰ ਅੱਗੇ ਲੋੜਵੰਦ ਪਰਿਵਾਰ ਜਿਨ੍ਹਾਂ ਦੇ ਘਰ ਬੱਚਾ ਨਹੀਂ ਸੀ ਪੈਦਾ ਹੋ ਸਕਦਾ ਉਹਨਾਂ ਨੂੰ ਮੋਟੀ ਰਕਮ 'ਚ ਬੱਚੇ ਵੇਚ ਦਿੰਦੇ ਸਨ। ਸਵਰਨਜੀਤ ਕੌਰ ਦਾ ਇੱਕ ਬੱਚਾ ਜਿਹੜਾ ਸੀਗਾ ਉਮਰ ਕਰੀਬ 4 ਮਹੀਨੇ, ਉਹਨੂੰ ਸ਼ਕੁੰਤਲਾ ਰਾਣੀ ਅਤੇ ਸਰਬਜੀਤ ਕੌਰ ਅਤੇ ਅਜੀਤ ਸਿੰਘ ਨੇ ਖਰੀਦ ਕੇ ਅੱਗੇ ਜਿਹੜਾ ਚੰਡੀਗੜ੍ਹ ਵਿੱਚ ਸੈਕਟਰ 47D ਰਾਜਪੱਤਰੀ ਰਜੇਸ਼ ਕੁਮਾਰ ਨੂੰ ਵੇਚਿਆ ਹੋਇਆ ਅਤੇ ਇਸਦੇ ਵਿੱਚ ਜਿਹੜਾ 3 ਜਣਿਆਂ ਨੂੰ ਅਰੈਸਟ ਕੀਤਾ ਗਿਆ ਔਰ ਬੱਚਾ ਜਿਹੜਾ ਆਇਆ ਹੁਣ PGI ਐਡਮਿਟ ਆ, ਉਹ ਰਿਕਵਰ ਕੀਤਾ ਜਾਏਗਾ। ਇਹਦੇ ਵਿੱਚ ਇਹ ਦੇਖਦੇ ਆ ਵੀ ਜੋ ਇਹ ਇੱਕ ਦਾਈ ਟਾਈਪ ਹੈ ਜਿਹੜੀ ਸ਼ਕੁੰਤਲਾ ਰਾਣੀ ਹੈ, ਇਹ ਜਦੋਂ ਕੋਈ ਦਵਾਈ ਲੈਣ ਆਉਂਦੀ ਲੇਡੀ ਉਹਨੂੰ ਦੇਖਦੇ ਵੀ ਇਹ ਆਰਥਿਕ ਪੱਖੋਂ ਗਰੀਬ ਆ, ਉਹਨੂੰ ਬੱਚੇ 'ਚ ਲੈ ਕੇ ਉਹ ਕਹਿੰਦੇ ਵੀ ਅੱਛੀ ਪਰਵਰਿਸ਼ ਕਰਾਂਗੇ ਬੱਚੇ ਦੀ ਅਤੇ ਉਸ ਕੋਲ ਬੱਚਾ ਹਾਸਲ ਕਰਕੇ ਅਤੇ ਅੱਗੇ ਵੇਚ ਦਿੰਦੇ। ਸੂਬੇ 'ਚ ਝੋਨਾ ਲਵਾਈ ਦਾ ਕੰਮ 15 ਜੂਨ ਯਾਨੀ ਕਿ ਅੱਜ ਤੋਂ ਸ਼ੁਰੂ ਹੋ ਚੁੱਕਿਆ, ਜਿਸ ਦੇ ਚੱਲਦਿਆਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਸਾਨਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਨੇ ਅਤੇ ਝੋਨੇ ਦੇ ਚੰਗੇ ਝਾੜ ਦੀ ਉਮੀਦ ਜਤਾਈ ਹੈ।
पर उधर बठिंडा च किसानां नूं झोना लगाउण वाली लेबर ना मिलन करके परेशानी दे आलम चों लंघना पै रहा है क्योंकि बाहरी सूबे तों आउण वाले लेबर ने अपने रेट वधा दित्ते ने। किसान बठिंडा दे रेलवे स्टेशन ते इस वक्त ही डेरा ला के बैठदे ने पर उन्हां नूं लेबर नहीं मिलदी, जो मिलदी भी है उसका रेट काफ़ी ज़्यादा हुंदा है। परेशान होए किसानां ने सरकार तों मदद दी गुहार लगाई है। ਸਾਨੂੰ ਸਰ ਲੇਬਰ ਨਹੀਂ ਮਿਲੇ ਕਿਉਂਕਿ ਲੇਬਰ ਪਰ ਵਾਹ ਨਹੀਂ ਸੀ ਨਰੇਗਾ ਸਕੀਮ ਦੀ ਜੋ ਵੀ ਲੇਬਰ ਸੀ ਥਾਂ ਥਾਂ ਆਪਣੇ ਜਿੱਥੇ ਸੀ ਉੱਥੇ ਹੀ ਸਾਰੇ ਬਿਜ਼ੀ ਹੈ ਕਿਉਂਕਿ ਇੱਥੇ ਸਾਡੇ ਪੰਜਾਬ 'ਚ ਆਏ ਨਹੀਂ ਸਾਡੇ ਪੰਜਾਬੀ ਲੇਬਰ ਹੈ ਉਹ ਵੀ ਨਰੇਗਾ ਸਕੀਮ 'ਚ ਹੀ ਹੈ ਸਾਨੂੰ ਲੇਬਰ ਨਹੀਂ ਮਿਲ ਰਹੀ ਹੈ ਅਸੀਂ ਇਸ ਕਰਕੇ ਬਹੁਤ ਤੰਗ ਪਰੇਸ਼ਾਨ ਹੋ ਰਹੇ ਹਾਂ ਝੋਨਾ ਸਾਡਾ ਲੇਟ ਹੋ ਰਿਹਾ ਹੈਗਾ ਅਸੀਂ ਸਾਨੂੰ ਲੇਬਰ ਦੀ ਬਹੁਤ ਅਤੇ ਅੱਜ ਤੁਸੀਂ ਸਟੇਸ਼ਨ 'ਤੇ ਆਏ ਹੋ ਹਾਂਜੀ ਲੇਬਰ ਮਜ਼ਦੂਰ ਕੀ ਕਹਿੰਦੇ ਨੇ ਲੇਬਰ ਦਾ ਆਏ ਇੱਥੇ ਇੱਕ ਅੱਧੀ ਪਾਰਟੀ ਆਉਂਦੀ ਹੈ ਜਾਣਾ ਬਾਹਲੇ ਜ਼ਿਆਦਾ ਬੰਦੇ ਨੇਗੇ ਸਾਨੂੰ ਤਾਂ ਫਿਰ ਹੋਰ ਲੇਬਰ ਮਿਲਣੀ ਜੇ ਮਿਲਦੀ ਹੈ ਉਹ ਮਹਿੰਗੇ ਰੇਟ 'ਤੇ ਮਿਲਦੀ ਹੈ। ਸਾਡਾ ਪਿੰਡ ਪੰਜ ਕਲਿਆਣਾ ਜੀ, ਲੇਬਰ ਦਾ ਬਹੁਤ ਬੁਰਾ ਹਾਲ ਆ ਜੀ। ਸਾਨੂੰ ਪਹਿਲਾਂ 2200 ਰੁਪਇਆ ਰੇਟ ਸੀਗਾ, ਹੁਣ 3000 ਰੁਪਇਆ ਮੰਗੀ ਜਾਂਦਾ। ਜ਼ਿਮੀਂਦਾਰੀ ਵਿੱਚ ਬਹੁਤ ਔਖਾ ਹੈਗਾ, 3000 ਰੁਪਇਆ ਦੇ ਕੇ ਬਚਣਾ ਕੁਛ ਨਹੀਂ, ਬਸ ਇਹਨੇ ਖਤਮ ਹੋ ਜਾਣਾ ਜ਼ਿਮੀਂਦਾਰ ਨੇ। ਸਾਨੂੰ 3-4 ਦਿਨ ਹੋ ਗਏ, ਰੇਟ ਵੱਧ ਮੰਗੀ ਜਾਂਦੇ, ਬਸ ਨਾ ਹੀ ਤੁਰਦੇ ਆ, ਇੱਥੇ ਬੈਠੇ ਆ, ਖੱਜਲ ਕਰੀ ਜਾਂਦੇ ਆ। ਅਭੀ ਹਮ ਤੈਅ ਹੋ ਗਏ ਕਿਤਨੇ ਰੇਟ ਮੈਂ ਖੁਲਦੇ ਹੈ, 5 ਸਾਲ ਪਿਛਲੇ ਸਾਲ ਆਏ ਤੇ 2400 ਰੁਪਏ ਮਿਲੇ ਤੇ, ਅਬ ਇਸ ਸਾਲ ਦੇਖਤੇ ਹੈ ਕਿਤਨਾ। अभी हम लोग तय करेंगे तो बताएंगे, 2400 तो पिछले साल लगाए थे हम, इस साल कुछ तो थोड़ा बहुत तो मिलना चाहिए। यस सर, महंगाई के कारण ही तो आए हैं, 13-14 लोग अभी हम आ गए हैं। हाँ जी, अगर रेट से मिलेगा तो काम करेंगे। केंद्र सरकार ने मुल्क दी नवी एविएशन नीति नूं मंजूरी दे दित्ती है। प्रधानमंत्री नरेंद्र मोदी की प्रधानगी हेठ हुई बैठक च फैसला लिया गया। नवी नीति तहत हुण 1 घंटे के सफ़र लई 2500 रुपए किराया देना होएगा। जानकारा मुताबक इस नीति नूं मंजूरी नाल जिथे हवाई यात्रियों नूं लाभ मिलेगा, नाल ही कंपनियां की मनमानी ते भी नत पएगी। रिपोर्ट मुताबक टिकट कैंसल करवाउण दे हालातां च कंपनी नूं घरेलू हवाई यात्रा लई 15 दिन अते कौमांतरी यात्रा दे मामले च 30 दिनों के अंदर रिफंड देना होएगा। जेकर कोई यात्री अपनी टिकट कैंसल करवाउंदा है तां कंपनी कैंसलेशन चार्ज वजो यात्री तो 200 रुपए तो ज़्यादा फीस नहीं वसूल सकेगी। इस तो इलावा जेकर कंपनी अपनी उड़ान रद्द कर दी है तो कंपनी नूं यात्री नूं 400% तक जुर्माना देना होएगा। नाल ही कंपनी नूं इसकी सूचना गाहक नूं 2 महीने पहला देनी होएगी ते पूरा किराया रिफंड करना होएगा। इस नियम तो बाद हवाई सफ़र करन वाले यात्रियों नूं होर कई फायदे मिलन की उम्मीद है। जम्मू कश्मीर च एक मंदिर च भन्नतोड़ तो बाद हालात तनावपूर्ण ने, जिस तो बाद प्रशासन ने अफवाह फैलन के खतरे के चलदे इंटरनेट और मोबाइल सेवावां बंद कर दित्तियां ने। जानकारी मुताबक जम्मू के रूपनगर खेत्र च एक मानसिक रोगी ने मंदिर च भन्नतोड़ की, जिसते शहर च लोगों ने विरोध करना शुरू कर दिता। जम्मू पुलिस मुताबक किसी अनहोनी घटना तो बचने लिए मोबाइल इंटरनेट सेवावां बंद कर दिता गया। दस दिए कि घटना तो बाद प्रदर्शनकारियों ने मंगलवार रात को 2 गड्डियों अग भी लगा दी सी। उधर जानकारी मुताबक पुलिस ने इस मामले च मंदिर नूं तोड़न वाले व्यक्ति नूं गिरफ्तार कर लिया है। देश च महंगाई एक बार फिर आसमान नूं छू रही है। सब्जियां, दुध, आटा ते तेल दीआं कीमतां उछाल वल ने। खास करके सब तो वध उछाल टमाटर दीआं कीमतां च आया। देश की राजधानी दिल्ली च टमाटर 51 रुपए किलो विक रहा, जबकि कई थावां ते टमाटर का भा 80 रुपए तक पहुँच गया। उधर केंद्रीय खाद मंत्री रामविलास पासवान मुताबक महंगाई सरकार दे कंट्रोल हेठ है ते ओह इस पर नज़र बनाए हुए ने। पासवान ने भरोसा दिता है कि लोड़ पैन ते जरूरी चीज़ों खुली मार्केट भी वेचा जा सकता है। दस दिए कि मंगलवार को जारी हुए अंकड़े मुताबक महंगाई दर मई च 0.79% हो गई है, जबकि अप्रैल च 0.34% सी। दाल का जो कीमत जो है में वृद्धि हुई थी और उसको देखते हुए हमने कई एक कारगर कदम उठाए। 70 लाख टन हमारा पैदावार हुआ है, पिछले साल 171 लाख टन था, उसके पहले 173 लाख टन था, तो पैदावार में कमी आई है। दूसरी तरफ डिमांड जो है 226 लाख टन उससे बढ़कर के 236 लाख टन अब 246 लाख टन तो डिमांड बढ़ता जा रहा है और इस चैलेंज को जो है हमने स्वीकार किया है। मौसम की खराबी के कारण पैदावार कम हुआ है और इस कहेंगे तो हमने बफर स्टॉक का हमने 1.5 लाख टन का हमने घोषणा किया था, जिसमें 66,000 टन जो है
वो ऑलरेडी जो है बफर स्टॉक में आ चुका है। लोगों ने इम्पोर्टर से भी कहा है कि आप जो है जो आयात करते हो उसको ट्रांसपेरेंट करो और कहाँ आप रखते हो ये बतलाने का काम करो। आप जो इम्पोर्ट करते हो, हम इम्पोर्ट पर कोई सीमा लगाना नहीं चाहते हैं, लेकिन जब इम्पोर्ट होकर के पोर्ट पर आ जाए तो फिर आपको 45 डेज के अंदर में उसको डिस्ट्रीब्यूट करना है। अमेरिका दे ओरलांडो दे समलिंगी क्लब च होए फायरिंग दे एक दिन बाद वॉलमार्ट दे एक स्टोर च गोलीबारी की घटना सामने आई है। टैक्सास विच अमेरलो दे एक वॉलमार्ट स्टोर च हथियार लैके वड़े एक व्यक्ति ने फायरिंग तो बाद दो लोगों नू बंधक बना लिया। हालांकि पुलिस ने मौके पर कार्रवाई करदे हमलावर नू ढेर कर दिता। जानकारी मुताबक घटना च बंधकों नू कोई नुकसान नहीं पुजा तो उन्होंने सुरक्षित छुड़ा लिया गया। पुलिस ने हमलावर की पछाण 54 साल मुहम्मद मोगादम के रूप च की है। दसया गया कि हमलावर ने फायरिंग करते हुए स्टोर च वड़िया ते इस तो बाद उसने दो लोगों को बंधक बना लिया। दस दिए कि इस तो पहला अमेरिका के एक समलिंगी नाइट क्लब च फायरिंग की गई सी जिस च 50 लोग मारे गए सन। अमरीकी राष्ट्रपति की चोन की दौड़ सब तो अगे चल रहे हिलेरी क्लिंटन ने डेमोक्रेटिक पार्टी की आखिरी प्राइमरी चोन भी अपने ना कर ली है। दस दिए कि हिलेरी क्लिंटन अमेरिका के चोन इतिहास से पहली अजिही महिला है जो राष्ट्रपति अहदे की चोन च किसी वड्डे सियासी दल की उम्मीदवार बनी है। इस जित तो बाद हिलेरी क्लिंटन ने अपने विरोधी बर्नी सैंडर्स नाल मुलाकात की थी। मनिया जा रहा है कि वह सैंडर्स नाल मिलकर अपने मतभेद दूर करेंगे। हालांकि सैंडर्स ने अजे तक हिलेरी का समर्थन नहीं किया। उधर हिलेरी क्लिंटन ने एक बार मुड़ रिपब्लिकन पार्टी के उम्मीदवार डोनाल्ड ट्रंप को देश के लिए खतरा करार दिता है। बेशक हिलेरी सैंडर्स को अपना समर्थन किए जाने की उम्मीद लगाई हुई है, पर दसा जा रहा है कि सैंडर्स इस बारे राजी नहीं हो रहे। फिलहाल खबरों के इस बुलेटिन च इन्ना ही। नवी ताज़ा तरीन खबरों लिए देखते रहो FMI न्यूज़।